ਇਹ ਨੇ ਭਿਆਨਕ ਸੜਕੀ ਹਾਦਸੇ ਦੀਆਂ ਤਸਵੀਰਾਂ। ਚੀਕ ਚਿਹਾੜਾ ਪੈ ਗਿਆ, ਯਾਤਰੀ ਸੜਕ ਤੇ ਪਏ ਹੋਏ ਨੇ, ਤੜਫ ਰਹੇ ਨੇ, ਜਾਨ ਬਚਾਉਣ ਦੇ ਲਈ ਗੁਹਾਰ ਲਗਾ ਰਹੇ ਨੇ। ਦੱਸਦੇ ਕਿ ਟੂਰਿਸਟ ਬੱਸ ਦਾ ਖੜੇ ਟਰਾਲੇ ਦੇ ਨਾਲ ਭਿਆਨਕ ਐਕਸੀਡੈਂਟ ਹੋਇਆ। ਬੱਸ ਦੇ ਪਰਖੱਚੇ ਉੱਡ ਗਏ, ਦੋ ਮਹਿਲਾਵਾਂ ਦੀ ਦਰਦਨਾਕ ਮੌਤ ਹੋਈ ਹੈ। ਧਾਰਮਿਕ ਸਥਾਨਾਂ ਦੇ ਦਰਸ਼ਨਾਂ ਦੇ ਲਈ ਇਹ ਟੂਰਿਸਟ ਬੱਸ ਆ ਜਿਹੜੀ ਇਹ ਚੱਲੀ ਸੀ, ਤਾਂ ਭਿਆਨਕ ਹਾਦਸਾ ਹੋਇਆ। ਇਹ ਭਿਆਨਕ ਹਾਦਸਾ ਸਮਰਾਲਾ ਦੇ ਨਜ਼ਦੀਕ ਪੈਂਦੇ ਪਿੰਡ ਰੋਹਲਿਆਂ ਦੇ ਵਿੱਚ ਹੋਇਆ। ਖੜ੍ਹੇ ਟਰਾਲੇ ਦੇ ਵਿੱਚ ਟੂਰਿਸਟ ਬੱਸ ਆ ਕੇ ਵੱਜੀ, ਤੜਕੇ ਤੜਕੇ ਇਹ ਭਿਆਨਕ ਹਾਦਸਾ ਹੋਇਆ। ਇਸ ਹਾਦਸੇ ਦੇ ਵਿੱਚ ਦੋ ਮਹਿਲਾਵਾਂ ਦੀ ਦਰਦਨਾਕ ਮੌਤ ਹੋ ਗਈ। 50 ਤੋਂ 60 ਯਾਤਰੀ ਇਸ ਬੱਸ ਦੇ ਵਿੱਚ ਸਵਾਰ ਸਨ। ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ, ਪਰ ਖੱਚੇ ਉੱਡ ਗਏ, ਸਵਾਰੀਆਂ ਸੜਕ 'ਤੇ ਡਿੱਗ ਪਈਆਂ ਔਰ ਕਿਵੇਂ ਤੜਫ ਰਹੀਆਂ ਨੇ ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ 'ਤੇ ਨਜ਼ਰ ਆ ਰਿਹਾ। ਇਹ ਬੱਸ ਹਰਿਦੁਆਰ ਤੋਂ ਅੰਮ੍ਰਿਤਸਰ ਜਾ ਰਹੀ ਸੀ। 50 ਤੋਂ 60 ਯਾਤਰੀ ਇਸ ਬੱਸ ਦੇ ਵਿੱਚ ਸਵਾਰ ਸੀ। ਜ਼ਖਮੀਆਂ ਨੂੰ ਸਮਰਾਲਾ ਦੇ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਇਹ ਦਰਦਨਾਕ ਹਾਦਸੇ ਦੀ ਆਵਾਜ਼ ਦੂਰ ਦੂਰ ਪਿੰਡਾਂ ਤੱਕ ਸੁਣਾਈ ਦਿੱਤੀ, ਜਿਸ ਤੋਂ ਬਾਅਦ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਮੌਕੇ 'ਤੇ ਪਹੁੰਚ ਗਏ। ਬੱਸ ਦੇ ਵਿੱਚੋਂ ਇਹਨਾਂ ਯਾਤਰੀਆਂ ਨੂੰ ਬਾਹਰ ਕੱਢਿਆ, ਜ਼ਖਮੀਆਂ ਨੂੰ ਸਮਰਾਲਾ ਦੇ ਸਰਕਾਰੀ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਦੋ ਯਾਤਰੀ ਮਹਿਲਾਵਾਂ ਦੀ ਦਰਦਨਾਕ ਮੌਤ ਹੋਈ ਹੈ, ਦਰਜਨਾਂ ਦੇ ਕਰੀਬ ਜ਼ਖਮੀ ਹੋਏ ਨੇ। ਸਮਰਾਲਾ ਪੁਲਿਸ ਦੇ ਵੱਲੋਂ ਮੌਕੇ 'ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ, ਜ਼ਖਮੀ ਜ਼ੇਰੇ ਇਲਾਜ ਨੇ। ਤਾਂ ਦੱਸ ਦਈਏ ਕਿ ਖਤਰਨਾਕ ਐਕਸੀਡੈਂਟ ਦੇ ਵਿੱਚ ਦੋ ਮਹਿਲਾਵਾਂ ਦੀ ਮੌਤ ਹੋ ਗਈ। ਟੂਰਿਸਟ ਬੱਸ ਸੀ ਜੋ ਖੜ੍ਹੇ ਟਰਾਲੇ ਦੇ ਵਿੱਚ ਆ ਕੇ ਵੱਜੀ। ਤਾਂ ਇਹ ਬੱਸ 8 ਮਈ ਨੂੰ ਇੱਕ ਮਹੀਨੇ ਦੇ ਲਈ ਇੰਦੌਰ ਤੋਂ ਚੱਲੀ ਸੀ। ਕਰੀਬ 50 ਤੋਂ 60 ਯਾਤਰੀ ਧਾਰਮਿਕ ਸਥਾਨਾਂ ਦੇ ਲਈ ਨਿਕਲੇ ਸੀ। ਤਾਂ ਸਮਰਾਲਾ ਦੇ ਨਜ਼ਦੀਕ ਪੈਂਦੇ ਪਿੰਡ ਰੋਹਲਿਆਂ ਦੇ ਵਿੱਚ ਇਹ ਭਿਆਨਕ ਹਾਦਸਾ ਹੋਇਆ। ਦੋ ਮਹਿਲਾਵਾਂ ਦੀ ਮੌਤ ਹੋ ਗਈ। ਦਰਦਨਾਕ ਹਾਦਸੇ ਦੀਆਂ ਤਸਵੀਰਾਂ ਤੁਹਾਡੀ ਸਕਰੀਨ 'ਤੇ ਨੇ। ਕਿਸ ਤਰੀਕੇ ਦੇ ਨਾਲ ਟੂਰਿਸਟ ਬੱਸ ਦੇ ਪਰਖੱਚੇ ਉੱਡ ਗਏ, ਯਾਤਰੀ ਸੜਕ 'ਤੇ ਡਿੱਗ ਪਏ, ਤੜਫ ਰਹੇ ਨੇ, ਜਾਨ ਬਚਾਉਣ ਦੇ ਲਈ ਗੁਹਾਰ ਆ ਜਿਹੜੀ ਲਗਾ ਰਹੇ ਨੇ। ਤਾਂ ਪਿੰਡਾਂ ਦੇ ਲੋਕ ਮੌਕੇ 'ਤੇ ਪਹੁੰਚ ਗਏ, ਜਿਨ੍ਹਾਂ ਨੇ ਇਹਨਾਂ ਨੂੰ ਸਮਰਾਲਾ ਦੇ ਸਰਕਾਰੀ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਆਓ ਇੱਕ ਵਾਰ ਪੂਰੀਆਂ ਤਸਵੀਰਾਂ ਦੇਖੋ। ਇਹ ਨਾ ਜੀ, ਇੱਕ ਟੂਰਿਸਟ ਵਾਸੀ MP ਤੋਂ ਧਾਰਮਿਕ ਯਾਤਰਾ 'ਤੇ ਆਏ ਸੀ, ਜਿਹੜਾ ਇੱਕ ਟਰਾਲਾ ਖਰਾਬ ਹੋਣ ਕਰਕੇ ਇੱਥੇ ਖੜ੍ਹਾ ਸੀ। ਉਹਦੇ ਵਿੱਚ ਸਵੇਰੇ 5:30 ਵਜੇ ਜਿਹੜਾ ਰੋਡ ਐਕਸੀਡੈਂਟ ਹੋਇਆ, ਉਹਦੇ ਵਿੱਚ 2 ਕੈਜੂਅਲਟੀ ਹੋਈ ਹੈ, 2 ਲੇਡੀ ਦੀ ਡੈਥ ਹੋਈ ਹੈ ਅਤੇ 12 ਬੰਦੇ ਦੇ ਲਾਗੇ ਇੰਜਰਡ ਹੋਏ। ਕਿੱਥੇ ਨੂੰ ਜਾ ਰਹੀ ਸੀ ਬੱਸ? ਇਹ ਬੱਸ ਅੰਮ੍ਰਿਤਸਰ, ਹਰਿਦੁਆਰ ਤੋਂ ਅੰਮ੍ਰਿਤਸਰ ਜਾ ਰਹੀ ਸੀ, ਹਰਿਦੁਆਰ ਤੋਂ ਨਹੀਂ ਮਾਤਾ ਵੈਸ਼ਨੋ ਦੇਵੀ ਜੀ। ਟਰਾਲਾ ਸੀਗਾ ਜੀ, ਇਹਦਾ ਕੀ ਫੜਿਆ ਗਿਆ ਬੰਦੇ ਕਿ ਰੋਡ ਤੇ ਦੱਸਿਆ ਨਹੀਂ? ਹਜੇ ਡਰਾਈਵਰ ਦਾ ਭੱਜਿਆ ਆ, ਟਰਾਲਾ ਰੋਡ ਦੇ ਖਰਾਬ ਹੋਇਆ ਖੜਾ ਸੀ। ਇੰਜਰਡ ਕਿੰਨੇ ਬੰਦੇ ਹੋਏ? 12 ਬੰਦੇ ਇੰਜਰਡ। ਬਹੁਤ ਹੀ ਜਿਹੜੀ ਮੰਦਭਾਗੀ ਘਟਨਾ ਹੈ, ਜਿਹਨੇ ਹੁਣ ਰੋਡ ਦੇ ਮੈਂ ਖਰਾਬ ਵੀ ਖੜਾ ਸੀ, ਇਹਦੇ ਖਿਲਾਫ਼ ਅਸੀਂ ਜਿਹੜਾ ਕੇਸ ਰਜਿਸਟਰ ਕਰ ਰਹੇ ਹਾਂ।